ਤੇ ਬਾਹਰਲੇ ਉਹਨਾਂ ਮੁਲਕਾਂ ਵਿੱਚ ਜਿੱਥੇ ਸਿਗਰਟਸ ਗੈਸ ਸਟੇਸ਼ਨਸ ਤੇ ਜਾਂ ਸਟੋਰਸ ਤੇ ਵਿਕਦੀਆਂ ਹਨ, ਜਿਹੜੇ ਵੀਰ ਪਰਿਵਾਰ ਉਹ ਕੰਮ ਕਰਦੇ ਹਨ ਉਹਨਾਂ ਵਾਸਤੇ ਇੱਕ ਸਪੈਸ਼ਲ ਅਪੀਲ ਹੈ, ਇੱਕ ਬੇਨਤੀ ਹੈ। ਤੇ ਮੈਂ ਗੱਲ ਕਹਿਣਾ ਚਾਹਾਂਗਾ ਕਿ ਸਿੱਖ ਧਰਮ ਦਾ ਪਿਛੋਕੜ ਆਪਾਂ ਡਿਸਕਸ ਕਰੀਏ ਤੇ ਫਿਰ ਆਪਾਂ ਵੇਖੀਏ ਕਿ ਅੱਜ ਕੀ ਹੋ ਰਿਹਾ ਹੈ ਜੀ। ਸਿੱਖ ਧਰਮ ਦਾ ਜੇ ਪਿਛੋਕੜ ਆਪਾਂ ਵੇਖਦੇ ਹਾਂ ਤਾਂ ਸ਼ਹੀਦੀਆਂ ਹੋਈਆਂ ਨੇ ਇਸ ਵਿਸ਼ੇ ਦੇ ਉੱਤੇ, ਇਸ ਟੋਪਿਕ ਦੇ ਉੱਤੇ। ਭਾਈ ਜੈ ਸਿੰਘ ਜੀ ਨੇ ਆਪਣੀ ਜਾਨ ਕੁਰਬਾਨ ਕੀਤੀ ਜਦੋਂ ਮੁਗਲਾਂ ਨੇ ਕਿਹਾ ਕਿ ਆਪ ਜੀ ਇੱਕ ਬੈਗ ਆਫ ਟਬੈਕੋ ਨੂੰ ਟੱਚ ਕਰ ਦਿਓ, ਕੇਵਲ ਟੱਚ ਕਰ ਦਿਓ। ਇੱਕ ਤੰਬਾਕੂ ਦਾ ਬੈਗ ਸੀ ਜਿਸ ਨੂੰ ਕਿਹਾ ਗਿਆ ਕਿ ਭਾਈ ਜੈ ਸਿੰਘ ਜੀ ਟੱਚ ਕਰ ਦੇਣ ਤਾਂ ਇਹਨਾਂ ਨੂੰ ਮਾਫ਼ੀ ਹੈ, ਤੇ ਜੇ ਟੱਚ ਨਹੀਂ ਕਰਦੇ ਤਾਂ ਸਜ਼ਾਏ ਮੌਤ ਦਿੱਤੀ ਜਾਏਗੀ। ਤੇ ਉਹਨਾਂ ਨੇ ਮੌਤ ਕਬੂਲ ਕਰਕੇ ਸ਼ਹਾਦਤ ਪ੍ਰਾਪਤ ਕੀਤੀ। ਜਸਟ ਓਵਰ ਅ ਬੈਗ, ਟੱਚਿੰਗ ਅ ਬੈਗ ਆਫ ਟਬੈਕੋ, ਟੱਚ ਕਰਨ ਦੀ ਗੱਲ ਹੈ ਕੇਵਲ। ਪਰ ਅੱਜ ਜਦੋਂ ਆਪਾਂ ਵੇਖਦੇ ਹਾਂ ਕਿ ਦੇਸਾਂ ਪ੍ਰਦੇਸਾਂ ਵਿੱਚ ਸਾਡੇ ਹੀ ਆਪਣੇ ਦਸਤਾਰਧਾਰੀ, ਕੇਸਾਧਾਰੀ, ਮਾਫ਼ ਕਰਿਓ ਕਿਤੇ ਕਿਤੇ ਅੰਮ੍ਰਿਤਧਾਰੀ ਵੀਰ ਵੀ ਜਦੋਂ ਗੈਸ ਸਟੇਸ਼ਨ ਉੱਤੇ ਪੱਗਾਂ ਬੰਨ ਕੇ, ਦਸਤਾਰਾਂ ਬੰਨ ਕੇ, ਕਈ ਤਾਂ ਟਕਸਾਲੀ ਦਸਤਾਰਾਂ ਬੰਨ ਕੇ, ਗੋਲ ਦਸਤਾਰਾਂ ਬੰਨ ਕੇ ਤੇ ਫਿਰ ਉੱਥੇ ਸਿਗਰਟ ਵੇਚ ਰਹੇ ਹੁੰਦੇ ਹਨ ਤਾਂ ਮਨ ਬਹੁਤ ਦੁਖੀ ਹੁੰਦਾ ਕਿ ਕਿੱਥੇ ਸਾਡਾ ਇਤਿਹਾਸ, ਕਿੱਥੇ ਸਾਡੀ ਪਰੰਪਰਾਵਾਂ ਤੇ ਕਿੱਥੇ ਅਸੀਂ ਅੱਜ ਖੜੇ। ਸੋ ਇੱਕ ਅਸੀਂ ਪਟੀਸ਼ਨ ਕਾਥਕ ਸਾਹਿਬ ਨੂੰ ਵੀ ਪਾਈ ਹੋਈ ਹੈ ਕਿ ਇਹ ਬੈਨ ਲਾਇਆ ਜਾਵੇ ਕਿ ਜਿਹੜੇ ਦਸਤਾਰਧਾਰੀ, ਕੇਸਾਧਾਰੀ ਸਿੱਖ ਜਾਂ ਕੋਈ ਵੀ ਹੋਣ, ਅਸੀਂ ਕਹਿੰਦੇ ਮੋਨੇ ਵੀਰ ਵੀ ਕਿਉਂ ਨਾ ਹੋਣ, ਉਹ ਵੀ ਆਪਣੇ ਵੀਰ ਨੇ ਤੇ ਸਾਡੇ ਕੌਮ ਦੇ ਦੀ ਪਰੰਪਰਾਵਾਂ ਨੇ ਕਿ ਅਸੀਂ ਤੰਬਾਕੂ ਨੂੰ ਨਹੀਂ ਹੱਥ ਲਾਉਂਦੇ, ਪਰ ਅੱਜ ਅਸੀਂ ਲਾ ਰਹੇ ਹਾਂ, ਇੰਕਲੂਡਿੰਗ ਕੇਸਾਧਾਰੀ ਸਾਡੇ ਪਰਿਵਾਰ। ਸੋ ਬੇਨਤੀ ਹੈ ਜੀ ਕਿ ਜਿੱਥੇ ਅਸੀਂ ਅਕਾਲ ਤਖ਼ਤ ਸਾਹਿਬ ਨੂੰ ਪਟੀਸ਼ਨ ਵੀ ਪਾਈ ਹੋਈ ਹੈ ਕਿ ਬੈਨ ਲੱਗੇ ਇਸ ਗੱਲ ਦਾ, ਪਰ ਇਹ ਰਲਵਾ ਮਿਲਵਾ ਫਰਜ਼ ਸਾਡੇ ਸਾਰਿਆਂ ਦਾ ਹੈ, ਗੁਰਦੁਆਰਾ ਕਮੇਟੀਜ਼ ਦਾ ਵੀ ਹੈ, ਸਾਡੇ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਇਸ ਗੱਲ ਦੀ ਅਵੇਅਰਨੈਸ ਲੈ ਕੇ ਆਈਏ ਤਾਂ ਉਹਨਾਂ ਪਰਿਵਾਰਾਂ ਨੂੰ ਹਲੂਣਾ ਦਈਏ, ਉਹਨਾਂ ਪਰਿਵਾਰਾਂ ਨੂੰ ਅਲਟਰਨੇਟਿਵ ਦੱਸੀਏ, ਉਹਨਾਂ ਨੂੰ ਇੰਸਪਾਇਰ ਕਰੀਏ ਕਿ ਇਸ ਕੰਮ ਦੇ ਵਿੱਚ ਨਾ ਜਾਣ। ਜਿਹੜੇ ਵੀਰ ਆਲਰੇਡੀ ਇਹਨਾਂ, ਜਿਹੜੇ ਪਰਿਵਾਰ ਆਲਰੇਡੀ ਇਹਨਾਂ ਕੰਮਾਂ ਵਿੱਚ ਹਨ, ਉਹਨਾਂ ਨੂੰ ਬੇਨਤੀ ਹੈ ਕਿ ਹੋਰ ਕੁਝ ਸੋਚੋ। ਧਰਮ ਦੀ ਕਿਰਤ ਕਰਨੀ ਗੁਰਸਿੱਖੀ ਦਾ ਅਸੂਲ ਹੈ, ਨਾ ਕਿ ਕੇਵਲ ਕਿਰਤ ਕਰਨੀ। ਕਿਰਤ ਕਰਨੀ ਤਾਂ ਨਾਈ ਦੀ ਕਿਰਤ ਵੀ ਕਿਰਤ ਹੋ ਗਈ, ਪਰ ਉਹ ਧਰਮ ਦੀ ਕਿਰਤ ਨਹੀਂ। ਇਵੇਂ ਕਰਕੇ ਸ਼ਰਾਬਾਂ ਵੇਚਣੀਆਂ, ਸਿਗਰਟਾਂ ਵੇਚਣੀਆਂ, ਖਾਸ ਕਰਕੇ ਸਿਗਰਟ ਵੇਚਣੀ, ਸ਼ਰਾਬ ਦਾ ਵੀ ਵਿੱਚ ਹੀ ਹੈ ਕਵਰਡ, ਪਰ ਇਸ ਵੀਡੀਓ 'ਚ ਆਪਾਂ ਕੇਵਲ ਤੇ ਕੇਵਲ ਸਿਗਰਟ ਦੀ ਗੱਲ ਕਰ ਰਹੇ ਹਾਂ, ਕਿਉਂਕਿ ਉਹ ਬਹੁਤ ਵੱਡਾ ਟੈਬੂ ਹੈ ਸਾਡੀ ਕਮਿਊਨਿਟੀ ਦੇ ਇਤਿਹਾਸ ਵਿੱਚ, ਸਾਡੇ ਟ੍ਰੈਡੀਸ਼ਨ ਦੇ ਵਿੱਚ, ਗੁਰੂ ਸਾਹਿਬਾਨ ਵੱਲੋਂ। ਸੋ ਲੋੜ ਹੈ ਜੀ ਕਿ ਉਹ ਰਿਵਰਸ ਹੋਣ ਇਸ ਕੰਮਾਂ, ਇਹਨਾਂ ਕੰਮਾਂ ਦੇ ਵਿੱਚੋਂ ਨਿਕਲ ਕੇ ਕੋਈ ਹੋਰ ਅਲਟਰਨੇਟਿਵ ਲੱਭਣ, ਤੇ ਜਿਹੜੇ ਨਵੇਂ ਵੀਰ ਹਨ, ਨਵੇਂ ਜਿਹੜੇ ਲੋਕ ਜਿਹੜੇ ਸੋਚਦੇ ਹਨ ਕਿ ਆਪਾਂ ਉੱਥੇ ਕੰਮ ਕਰਨਾ ਹੈ, ਤਾਂ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਹੋਰ ਕੋਈ ਅਲਟਰਨੇਟਿਵ, ਇਸ ਲੈਂਡ ਆਫ ਓਪਰਚੁਨਿਟੀ ਨਾਰਥ ਅਮਰੀਕਾ ਜਾਂ ਹੋਰ ਥਾਵਾਂ ਤੇ ਵੀ ਸਭ ਕਿਸਮ ਦੇ ਕੰਮ ਮਿਲਦੇ ਹਨ। ਤੁਹਾਡਾ ਫੀਲਡ ਸਿਗਰਟ ਵੇਚਣ ਦਾ ਤਾਂ ਸੀਗਾ ਨਹੀਂ, ਤੁਸੀਂ ਆਪਣਾ ਇੰਡੀਆ ਛੱਡ ਕੇ ਬਾਹਰਲੇ ਮੁਲਕਾਂ 'ਚ ਆਏ ਕਿ ਆਪਾਂ ਸਿਗਰਟ ਵੇਚਣ ਆਏ ਜੀ, ਤਾਂ ਆਪਣਾ ਮੁਲਕ ਛੱਡਿਆ ਕਿ ਬੈਟਰ ਆਪਸ਼ਨ ਲੈਣ ਜਾਣੀਆਂ ਨੇ, ਤੁਸੀਂ ਸਿਗਰਟ ਹੀ ਵੇਚਣੀ ਹੈ, ਫਿਰ ਬੈਟਰ ਆਪਸ਼ਨ ਆਹੀ ਨੇ ਕਿ ਤੰਬਾਕੂ ਵੇਚੀਏ ਆਪਾਂ। ਸੋ ਅਸੀਂ ਆਉਂਦੇ ਹਾਂ ਇੱਥੇ ਬਾਹਰ ਕੰਮਾਂ ਵਾਸਤੇ ਕਿ ਸਾਨੂੰ ਓਪਰਚੁਨਿਟੀਜ਼ ਬੈਟਰ ਹੋਣ, ਤੇ ਜੇ ਇੱਥੇ ਇੱਥੇ ਆ ਕੇ ਤੰਬਾਕੂ ਵੇਚਣਾ ਸੀਗਾ ਤਾਂ ਫਿਰ ਤਾਂ ਰਾਨਤ ਹੈ, ਸਿੱਖੀ ਤੇ ਵੀ ਸਾਡੇ ਉੱਤੇ ਸਾਡੇ ਸਾਰਾ ਕੁਛ। ਸੋ ਬੇਨਤੀ ਹੈ ਲੋਣਾ ਜੀ। ਤੇ ਦੋ ਕਿਸਮ ਦੀ ਜੋਬਸ ਹੁੰਦੀਆਂ ਨੇ, ਇੱਕ ਬਿਜ਼ਨਸ ਹੁੰਦੇ ਨੇ ਤੇ ਇੱਕ ਨੌਕਰੀ ਹੁੰਦੀ ਹੈ। ਜਿਹੜੇ ਬਿਜ਼ਨਸ ਵਾਲੇ ਇਹ ਕਹਿੰਦੇ ਹਨ ਆਮ ਕਿ ਜੀ ਪ੍ਰੋਫਿਟ ਨਹੀਂ ਹੁੰਦਾ, ਹੁਣ ਪ੍ਰੋਫਿਟ ਤੁਸੀਂ ਉਹ ਲੈਣਾ ਜਿਹੜਾ ਤੁਹਾਡੇ ਘਰ 'ਚ ਜਾਵੇਗਾ, ਤੁਸੀਂ ਬੱਚਿਆਂ ਨੂੰ ਦੇਵੋਗੇ, ਉਹ ਕਮਾਈ ਤੁਹਾਡੇ ਬੱਚਿਆਂ ਨੂੰ ਵੀ ਜਾਣੀ ਹੈ। ਤੇ ਗੁਰੂ ਮਹਾਰਾਜ ਜੀ ਦਾ ਫਰਮਾਨ ਹੈ, ਵਿਖਿਆ ਕਿ ਧਨ ਸਦਾ ਦੁੱਖ ਹੋਏ, ਦੁੱਖ ਦਾ ਦੁੱਖ ਅਸੀਂ ਦੁੱਖ ਦੇ ਦੁੱਖ ਆਪਣੇ ਇਕੱਠੇ ਕਰ ਰਹੇ ਹਾਂ, ਇਵੈਂਚੁਅਲੀ ਸਪੀਕਿੰਗ ਇਹ ਸਾਡੇ ਉੱਤੇ ਪੈ ਜਾਣੇ ਨੇ ਦੁੱਖ, ਕਿਉਂਕਿ ਜੇ ਆਪ ਤ੍ਰੇਪ ਕਰ ਰਹੇ। ਸੋ ਇਹ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਇਹ ਤਾਂ ਕੀਤੀ ਜਾ ਰਹੀ ਹੈ ਕਿ ਦੁੱਖਾਂ ਤੋਂ ਬਚਣ ਵਾਸਤੇ ਤੇ ਨਾਲੇ ਆਪਾਂ ਮਾਰਗ ਤੇ ਆਉਣ ਵਾਸਤੇ। ਗੁਰਸਿੱਖ ਵੀਰ ਚਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਪਰ ਮਾਨੋ, ਹਰ ਹਰ ਕਥਾ ਨਜ਼ਾਰੀ, ਇਹ ਵੀ ਗੁਰੂ ਮਹਾਰਾਜ ਦਾ ਹੁਕਮ ਹੈ ਕਿ ਅਸੀਂ ਤੰਬਾਕੂ ਨੂੰ ਹੱਥ ਨਹੀਂ ਲਾਉਣਾ, ਇਹ ਵੀ ਗੁਰਸਿੱਖੀ ਦੀ ਚਾਲ ਵਿੱਚ ਹੀ ਇੱਕ ਪਾਠ ਹੈ। ਤੇ ਜਿਹੜੇ ਵੀਰ ਇਹ ਕਹਿੰਦੇ ਹਨ ਕਿ ਅਸੀਂ ਨੌਕਰੀ ਕਰਨੀ ਹੈ, ਉੱਥੇ ਸਾਨੂੰ ਜੋਬਸ ਨਹੀਂ ਮਿਲਦੀਆਂ, 10 ਦਾ ਨੰਬਰ ਨੋਟ ਕਰ ਲਓ, ਵਟਸਐਪ ਜਾਣਾ ਆਡੀਓ ਨੰਬਰ ਨੋਟ ਕਰ ਲਿਓ 5875812988, ਅਸੀਂ ਤੁਹਾਨੂੰ ਫ੍ਰੀ ਗਾਈਡੈਂਸ ਦੇਣ ਨੂੰ ਤਿਆਰ ਹਾਂ ਜੀ। ਸਾਡਾ ਫ੍ਰੀ, ਸਾਡੇ ਦਸ ਵੱਲੋਂ ਫ੍ਰੀ ਗਾਈਡੈਂਸ ਹੈ। ਜਿਹੜੇ ਵੀਰ ਇਹ ਕਹਿਣ ਕਿ ਸਾਨੂੰ ਅਸੀਂ ਗੈਸ ਸਟੇਸ਼ਨ ਤੇ ਕੰਮ ਕਰਨਾ ਹੈ, ਜਾਂ ਅਸੀਂ ਮੈਕਸ ਸਟੋਰ 7-11 ਤੇ ਕੰਮ ਕਰਨਾ ਹੈ ਜਿੱਥੇ ਸਿਗਰਟਾਂ ਵੀ ਵੇਚੀਆਂ ਜਾਂਦੀਆਂ ਨੇ, ਤੇ ਸਾਨੂੰ ਕਰਨਾ ਪੈਂਦਾ ਹੈ, ਤੇ ਆਓ ਅਸੀਂ ਤੁਹਾਨੂੰ ਫ੍ਰੀ ਗਾਈਡੈਂਸ ਦੇਣ ਨੂੰ ਤਿਆਰ ਹਾਂ। ਇਹ ਫਰਜ਼ ਗੁਰਦੁਆਰਾ ਕਮੇਟੀਜ਼ ਦਾ ਵੀ ਹੈ, ਇਹ ਆਪਾਂ ਸਾਰਿਆਂ ਦਾ ਰਲਵਾ ਮਿਲਵਾ ਫਰਜ਼ ਹੈ ਕਿ ਆਪਾਂ ਇਹ ਗੱਲ ਵੱਲ ਧਿਆਨ ਦਈਏ, ਗਾਈਡੈਂਸ ਦਈਏ ਉਹਨਾਂ ਨੂੰ ਕਿ ਉੱਥੇ ਨਾ ਜਾਣ, ਕਿਉਂਕਿ ਆਪਣਾ ਸਿੱਖ ਕਮਿਊਨਿਟੀ ਵਿੱਚ ਸਪੋਰਟ ਬਹੁਤ ਘੱਟ ਹੋਣ ਕਰਕੇ ਇਹ ਕੰਮ ਹੋ ਰਿਹਾ, ਤੇ ਅਸੀਂ ਇਸ ਗੱਲ ਤੋਂ ਅਵੇਸਲੇ ਹੋਏ ਬੈਠੇ ਹਾਂ। ਸਰਬਤ ਦਾ ਭਲਾ ਕਹਿਣ ਨੂੰ ਰਹਿ ਗਿਆ ਸਾਡਾ ਗੁਰਦੁਆਰਿਆਂ 'ਚ, ਅਸੀਂ ਰੀਅਲ
ਵਰਲਡ ਵਿੱਚ ਨਹੀਂ ਹੈਲਪ ਕਰਦੇ ਇੱਕ ਦੂਜੇ ਦੀ, ਖਾਸ ਕਰਕੇ ਇੱਕ ਦੂਜੇ ਦੀ ਨਹੀਂ ਕਰਦੇ। ਹੋਰਾਂ ਕਮਿਊਨਿਟੀਜ਼ ਵੀ ਕਰਦੇ ਹਾਂ ਪਰ ਇੱਕ ਦੂਜੇ ਨਾਲ ਆਪਾਂ ਖੈਰ ਨਹੀਂ ਰੱਖਦੇ, ਪਤਾ ਨਹੀਂ ਕਿਉਂ। ਤਾਂ ਹੀ ਬੋਲਾ ਬਣਿਆ ਹੋਇਆ ਸਿੱਖ ਸਿੱਖ ਨੂੰ ਨਾ ਮਾਰੇ, ਇਹ ਕੰਮ ਕਦੇ ਨਾ ਹਾਰੇ। ਪਰ ਉਹਦੇ ਵਿੱਚ ਇਹ ਗੱਲ ਨੈਗੇਟਿਵ ਵੀ ਸ਼ਾਮਿਲ ਹੈ ਕਿ ਸਿੱਖ ਸਿੱਖ ਨੂੰ ਸਪੋਰਟ ਕਰਨ ਨੂੰ ਰਾਜ਼ੀ ਨਹੀਂ। ਸੋ ਇਹਨੂੰ ਚੇਂਜ ਕਰਨ ਦੀ ਲੋੜ ਹੈ। ਸਾਰੇ ਟ੍ਰਾਈਬ ਨੂੰ ਵਸਦੇ ਨੇ ਤੇ ਹਮੇ ਨੂੰ ਥੱਲੇ ਕਰੀਏ, ਘਟਾਈਏ, ਅਲਟੀਮੇਟਲੀ ਹਟਾ ਦਈਏ ਤੇ ਇਸ ਗੱਲ ਵੱਲ ਧਿਆਨ ਦਈਏ। ਇਸ ਪੱਖ ਨੂੰ ਅਸੀਂ ਉਜਾਗਰ ਕੀਤਾ ਜੀ ਕਿ ਕਿਰਪਾ ਕਰਕੇ ਇੱਕ ਦੂਜੇ ਨੂੰ ਇੰਸਪੀਰੇਸ਼ਨ ਦਿਓ ਕਿ ਇਹਨਾਂ ਕੰਮਾਂ ਤੋਂ ਵਧੀਆ ਆਪਾਂ ਸਿਗਰਟ ਵੇਚਣ ਦਾ ਕੰਮ ਸਿੱਖਦਾ ਨਹੀਂ। ਖਾਸ ਕਰਕੇ ਦਸਤਾਰਧਾਰੀ ਕੇਸਧਾਰੀ ਮੁੰਡਿਆਂ ਨੂੰ, ਵੀਰਾਂ ਨੂੰ ਬੇਨਤੀ ਹੈ ਕਿ ਇਹਨਾਂ ਕੰਮਾਂ ਚ ਨਾ ਪੈਣ। ਜੇ ਪੈ ਚੁੱਕੇ ਨੇ ਅਰਦਾਸ ਕਰੋ ਗੁਰੂ ਮਹਾਰਾਜ ਆਪ ਜੀ ਨੂੰ ਕੱਢ ਲੈਣ ਇਹਨਾਂ ਕੰਮਾਂ ਦੇ ਵਿੱਚ। ਐਂਡ ਕੋਈ ਸੁਚੱਜੀ ਕਿਰਤ ਜੋ ਧਰਮ ਦੀ ਕਿਰਤ ਦੀ ਡੈਫੀਨੇਸ਼ਨ ਵਿੱਚ ਆਉਂਦੀ ਹੈ ਉਹਨਾਂ ਕੰਮਾਂ ਵਿੱਚ ਆਪਾਂ ਆਪਣਾ ਜੋਬ ਕਰੀਏ। ਬਿਜ਼ਨਸ ਵਾਲੇ ਵੀਰਾਂ ਨੂੰ ਵੀ ਇਹੀ ਬੇਨਤੀ ਹੈ, ਵਿਖਿਆ ਕਹਿ ਧੰਨ ਸਦਾ ਦੁੱਖ ਹੋਏ, ਦੁੱਖ ਹੋਣਾ ਹੀ ਹੋਣਾ ਕਿਤੇ ਨਾ ਕਿਤੇ ਅੱਗੇ ਜਾ ਕੇ। ਸੋ ਉਸ ਨੂੰ ਬਚਣ ਵਾਸਤੇ ਅਰਦਾਸ ਕਰੋ ਤੇ ਕਿਸੇ ਹੋਰ ਕੰਮ ਚ ਪੈ ਜਾਓ। ਗੁਰੂ ਮਹਾਰਾਜ ਬਖਸ਼ਿੰਦ ਨੇ, ਬਖਸ਼ਣਹਾਰ ਨੇ, ਪਰ ਜੇ ਆਪਾਂ ਚੱਲਾਂਗੇ ਤਾਂ ਪਿਛਲੇ ਔਗਣ ਬਖਸ਼ਦਾ ਅੱਗੇ ਮਹਾਰਾਜ ਪਾਵੇ, ਉਹ ਤਾਂ ਹੁੰਦਾ ਹੈ। ਗੁਰੂ ਬਖਸ਼ਿੰਦ ਵੀ ਹੈ, ਉਹਦਾ ਪੱਖ ਬਖਸ਼ਿੰਦ ਵਾਲਾ ਪੱਖ ਵੀ ਹੈ ਤੇ ਉਹ ਜਸਟਿਸ ਵੀ ਦਿੰਦੇ ਨੇ ਪੁਰਾਣੀ ਗੱਲ ਨੂੰ। ਪਰ ਜੇ ਆਪਾਂ ਮਾਰਗ ਤੇ ਆ ਜਾਂਦੇ ਹਾਂ ਤਾਂ ਪਿਛਲੇ ਪੱਖ ਤਾਂ ਮਾਫ਼ ਹੁੰਦੇ ਨੇ। ਜੇ ਆਪਾਂ ਅੱਗੇ ਵਾਸਤੇ ਅੱਗੇ ਚਲੋ ਨੰਦ ਲਾਲਾ ਪਾਛੇ ਜੋ ਬੀਤੇ ਸੋ ਬੀਤੀ, ਇਹ ਭਾਵ ਪਿਛਲੇ ਔਗਣ ਬਖਸ਼ਦਾ ਪ੍ਰਭਾਵ ਦੇ ਮਹਾਰਾਜ ਪਾਲ ਹੈ। ਸੋ ਭੁੱਲ ਚੁੱਕ ਦੀ ਖੇਮਾ ਜੀ ਵੀਡੀਓ ਅੱਗੇ ਫੋਰਵਰਡ ਕਰਨੀ। ਸੋ ਇਹੀ ਬੇਨਤੀ ਹੈ ਕਿ ਆਪਾਂ ਸਾਰੇ ਜਣੇ ਸਿੱਖ ਕਮਿਊਨਿਟੀ ਸਿਗਰਟ ਕਿਤੇ ਵੀ ਨਾ ਵਿੱਚ ਆਉਣ ਵਾਲਾ 20-30 ਸਾਲਾਂ ਇਹ ਟ੍ਰਾਈ ਯਤਨ ਕਰੋ ਕਿ ਆਪਾਂ ਸਿਗਰਟ ਨੂੰ ਨਹੀਂ ਵੇਚਣਾ। ਮੁਸਲਮਾਨ ਵੀ ਹਲਾਲ ਦਾ ਸੈਪਰੇਟ ਆਪਣਾ ਲੋਬੀ ਕਰਦੇ ਹਨ, ਜਿੱਥੇ ਜਿੱਥੇ ਲੋੜ ਹੈ ਅਸੀਂ ਤੁਹਾਨੂੰ ਕਾਨੂੰਨੀ ਸਲਾਹ ਵੀ ਦੇ ਸਕਦੇ ਹਾਂ। ਕੋਈ ਏਦਾਂ ਦੀ ਗੱਲ ਨਹੀਂ ਕਿ ਸਿਗਰਟ ਰੱਖਣੀ ਹੀ ਪੈਂਦੀ ਹੈ, ਇਹ ਸਾਡੇ ਲੋਸ ਦੇ ਵਿੱਚ ਹਨ ਕਿ ਨਹੀਂ ਰੱਖਣ ਦੀ ਵੀ ਇਜਾਜ਼ਤ ਹੈਗੀ। ਦੱਸ ਲਓ ਕਈ ਐਸੇ ਗੈਸ ਸਟੇਸ਼ਨ ਕੈਨੇਡਾ ਵਿੱਚ ਜਾਣਦੇ ਹਨ ਜਿਹੜੇ ਤੰਬਾਕੂ ਨਹੀਂ ਰੱਖ ਰਹੇ, ਪਰ ਪੰਜਾਬੀ ਭਰਾਵਾਂ ਦਾ ਸੂਰ ਹੋ ਰਹੀ ਹੈ, ਆਪਾਂ ਤਾਂ ਜੀ ਪ੍ਰੋਫਿਟ ਨਹੀਂ ਹੁੰਦਾ ਚੋਂ। ਸਿੱਖੀ ਭਾਵੇਂ ਥੱਲੇ ਦੇ ਰਹੀਏ, ਆਪਾਂ ਪਿੱਠ ਵਿਖਾ ਲਈਏ, ਧੱਜੀਆਂ ਉਡਾ ਲਈਏ ਸਿੱਖੀ ਦੀਆਂ, ਦਸਤਾਰਾਂ ਬੰਨ ਕੇ ਭਾਵੇਂ ਇਹ ਕੰਮ ਕਰੀ ਚੱਲੀਏ, ਸਾਨੂੰ ਕੋਈ ਪਰਵਾਹ ਨਹੀਂ, ਸਾਨੂੰ ਪ੍ਰੋਫਿਟ ਨਹੀਂ ਹੁੰਦਾ, ਸਾਡੀ ਸੋਚ ਪ੍ਰੋਫਿਟ ਤੱਕ ਹੈ। ਪਰ ਜੇ ਤੁਸੀਂ ਕਾਨੂੰਨੀ ਤੌਰ ਤੇ ਜਾਓਗੇ, ਲੌਬੀ ਕਰੋਗੇ, ਕਾਨੂੰਨ ਆਲਰੇਡੀ ਫੇਵਰ ਹੈਗੇ ਨੇ, ਐਕਸਪਲੋਰ ਕਰਨ ਦੀ ਲੋੜ, ਅਸੀਂ ਤੁਹਾਨੂੰ ਗਾਈਡੈਂਸ ਦੇਣ ਨੂੰ ਤਿਆਰ ਹਾਂ ਤੇ ਬਣ ਵੀ ਸਕਦੇ ਨੇ ਕਾਨੂੰਨ, ਕੋਈ ਐਸੀ ਗੱਲ ਨਹੀਂ ਕਿ ਅਸੀਂ ਇਕੱਠੇ ਹੋ ਕੇ ਇਸ ਆਵਾਜ਼ ਉਠਾਵਾਂਗੇ ਕਿ ਸਿੱਖ ਨੂੰ ਐਗਜ਼ੈਂਪਸ਼ਨ ਦਿੱਤੀ ਜਾਵੇ। ਸੋ ਇਹ ਗੱਲ ਬਹੁਤ ਲੋੜ ਹੈ ਅੱਜ ਕਮਿਊਨਿਟੀ, ਹਜ਼ਾਰਾਂ ਸਾਡੇ ਪਰਿਵਾਰ ਤੇ ਮੁੰਡੇ ਕੁੜੀਆਂ ਵੀ ਭੈਣਾਂ ਵੀ ਇਹ ਕੰਮ ਕਰ ਰਹੇ ਹਨ, ਉਹਨਾਂ ਨੂੰ ਹਲੂਣਾ ਦੇਣ ਦੀ ਲੋੜ ਹੈ, ਆਵਾਜ਼ ਉਠਾਉਣ ਦੀ ਲੋੜ ਹੈ ਕਿ ਸਿੱਖ ਦਾ ਕੰਮ ਸਿਗਰਟ ਵੇਚਣ ਦਾ ਨਹੀਂ, ਕਿਤੇ ਵੀ ਨਹੀਂ। ਇਸ ਪਿੱਛੇ ਸ਼ਹੀਦੀਆਂ ਹੋ ਚੁੱਕੀਆਂ ਹਨ, ਭਾਈ ਜੈ ਸਿੰਘ ਜੀ ਦਾ ਆਪਾਂ ਯਾਦ ਰੱਖੋ, ਪੋਸਟ ਵੀ ਮਿਲ ਜਾਏਗਾ ਆਪ ਜੀ ਨੂੰ, ਪੁੱਠੇ ਲਟਕਾ ਦਿੱਤਾ ਸੀ ਦਰਖਤ ਤੋਂ ਕਿ ਬੈਗ ਆਫ ਟਬੈਕੋ ਨੂੰ ਟੱਚ ਕੀਤਾ ਜਾਵੇ, ਉਹਨਾਂ ਨੇ ਨਹੀਂ ਕੀਤਾ। ਪਰ ਅੱਜ ਅਸੀਂ ਗੈਸ ਸਟੇਸ਼ਨ ਤੇ ਸਟੋਰ ਉੱਤੇ ਸਿਗਰਟ ਦੀਆਂ ਡੱਬੀਆਂ ਵੇਚਣ ਨੂੰ ਬੇਝਿਜਕ ਹੋ ਕੇ ਇਹ ਕੰਮ ਕਰ ਰਹੇ ਹਾਂ, ਜਾਂ ਪ੍ਰੋਫਿਟ ਦੀ ਜਾਂ ਨੌਕਰੀ ਵਜੋਂ ਇਸ ਨੂੰ ਹਟਣ ਤੋਂ ਲੋੜ ਹੈ ਜੀ। ਭੁੱਲ ਚੁੱਕ ਦੀ ਖਿਮਾ, ਵੱਡੀਓ ਆਉਂਗੇ ਅੱਗੇ ਜ਼ਰੂਰ ਗਰੁੱਪਸ ਦੇ ਵਿੱਚ ਫਾਰਵਰਡ ਕਰਿਓ ਤਾਂ ਕਿ ਅਵੇਅਰਨੈਸ ਅਸੀਂ ਪੈਦਾ ਕਰ ਸਕੀਏ ਐਂਡ ਟ੍ਰੈਂਡ ਗੈਟਸ ਰਿਵਰਸ ਇਨ ਦ ਕਮਿੰਗ ਈਅਰਸ। ਸਿੱਖ ਕੌਮ ਜਾਣੀ ਜਾਵੇ ਕਿ ਇਹ ਤੰਬਾਕੂ ਨਹੀਂ ਵੇਚਦੇ, ਸਾਰੇ ਸੰਸਾਰ ਨੂੰ ਦੱਸਣ ਦੀ ਲੋੜ ਹੈ ਕਿ ਅਸੀਂ ਨਾ ਸਾਡੇ ਪਹਿਲੀ ਕੁਰੈਤ ਵਿੱਚ ਹੈ ਤੰਬਾਕੂ ਦੀ ਵਰਤੋਂ, ਪਹਿਲੀ ਜਾਂ ਚਾਰ ਕੁਰੈਤਾਂ ਵਿੱਚ ਹੈ ਤੇ ਨਾਲੇ ਅਸੀਂ ਵੇਚਦੇ ਵੀ ਨਹੀਂ, ਅਸੀਂ ਟੱਚ ਵੀ ਨਹੀਂ ਕਰਦੇ ਤੇ ਸਾਡਾ ਇਤਿਹਾਸ ਭਾਈ ਜੈ ਸਿੰਘ ਜੀ ਵਰਗਿਆਂ ਨਾਲ ਭਰਿਆ ਪਿਆ ਹੈ। ਸੋ ਆਓ, ਲੋੜ ਹੈ ਜੀ ਟ੍ਰੈਂਡ ਵਾਪਸ, ਲੈਟਸ ਬੀ ਗੇਮ ਚੇਂਜਰਸ ਤੇ ਵਾਪਸ ਆਪਣੇ ਮੁੱਢਲੇ ਸਿੱਖੀ ਸੂਰਾਂ ਵੱਲ ਪਰਤੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।